ਪੰਜਾਬ ਡਾਕੂਮੈਂਟ ਟੀ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਹਾਂ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਜੋ ਪ੍ਰਵਾਨਿਤ ਛੁੱਟੀਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਜਾਣਕਾਰੀ ਜਿਹੜੀ ਆ ਉਹ ਦੇਣ ਜਾ ਰਹੇ ਹਾਂ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਾਚ ਕਰਿਓ ਅਤੇ ਸੈਕਿੰਡ ਪਾਰਟ ਜਿਹੜਾ ਸਾਡਾ ਵੀਡੀਓ ਦਾ ਹੋਏਗਾ ਉਹਦੇ ਵਿੱਚ ਅਸੀਂ ਤੁਹਾਨੂੰ ਰਾਖਵੀਆਂ ਛੁੱਟੀਆਂ ਜੋ ਹੋਣਗੀਆਂ ਉਹਦੇ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਜੋ ਪ੍ਰਵਾਨਿਤ ਛੁੱਟੀਆਂ ਨੇ ਉਹਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਸੋ ਤੁਹਾਨੂੰ ਦੱਸ ਦਿੰਦੇ ਹੈਗੇ ਕਿ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 9 ਜਨਵਰੀ ਨੂੰ ਸਰਕਾਰੀ ਛੁੱਟੀ ਜਿਹੜੀ ਹੈ ਉਹ ਹੋਏਗੀ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਗਣਤੰਤਰ ਦਿਵਸ 26 ਜਨਵਰੀ ਦੀ ਸਰਕਾਰੀ ਛੁੱਟੀ ਸਾਰੇ ਹੀ ਦਫ਼ਤਰਾਂ ਵਿੱਚ ਹੋਏਗੀ। ਜਨਮ ਦਿਵਸ ਸ਼੍ਰੀ ਗੁਰੂ ਰਵਿਦਾਸ ਜੀ ਦਾ 16 ਫਰਵਰੀ 2022 ਨੂੰ ਮਨਾਇਆ ਜਾਏਗਾ, ਉਹਦੀ ਵੀ ਸਾਰੇ ਹੀ ਦਫ਼ਤਰਾਂ ਵਿੱਚ ਸਰਕਾਰੀ ਛੁੱਟੀ ਜਿਹੜੀ ਹੈ ਹੋਏਗੀ। ਮਹਾਂਸ਼ਿਵਰਾਤਰੀ 1 ਮਾਰਚ 2022 ਨੂੰ ਵੀ ਸਰਕਾਰੀ ਛੁੱਟੀ ਹੋਏਗੀ। ਹੋਲਾ ਮਹੱਲਾ ਹੋਲੀ ਦੀ ਛੁੱਟੀ ਜਿਹੜੀ ਹੈ ਉਹ 18 ਮਾਰਚ ਨੂੰ ਹੋਏਗੀ। ਜਨਮ ਦਿਵਸ ਸ਼੍ਰੀ ਨਾਭਾ ਦਾਸ ਜੀ 8 ਅਪ੍ਰੈਲ ਨੂੰ ਮਨਾਇਆ ਜਾਏਗਾ, ਉਹਦੀ ਵੀ ਸਰਕਾਰੀ ਛੁੱਟੀ ਜਿਹੜੀ ਹੋਏਗੀ। ਰਾਮਨੌਮੀ 10 ਅਪ੍ਰੈਲ 2022 ਨੂੰ ਮਨਾਈ ਜਾਏਗੀ, ਉਹਦੀ ਵੀ ਸਾਰੇ ਹੀ ਦਫ਼ਤਰਾਂ ਵਿੱਚ ਸਰਕਾਰੀ ਛੁੱਟੀ ਜਿਹੜੀ ਹੋਏਗੀ। ਮਹਾਵੀਰ ਜਯੰਤੀ 14 ਅਪ੍ਰੈਲ 2022 ਨੂੰ ਹੋਏਗੀ, ਉਹਦੀ ਵੀ ਸਰਕਾਰੀ ਛੁੱਟੀ ਰਹੇਗੀ। ਵਿਸਾਖੀ 14 ਅਪ੍ਰੈਲ ਨੂੰ, ਵਿਸਾਖੀ ਦੀ 14 ਅਪ੍ਰੈਲ ਨੂੰ ਜਿਹੜੀ ਹੈ ਛੁੱਟੀ ਰਹੇਗੀ। ਵਿਸਾਖੀ ਅਤੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜੋ ਜਨਮ ਦਿਨ ਹੈਗਾ ਉਹ ਇੱਕੋ ਹੀ ਦਿਨ ਆਏਗਾ, ਉਹਦੀ ਵੀ ਸਰਕਾਰੀ ਛੁੱਟੀ ਰਹੇਗੀ। ਅਤੇ ਦੋ ਛੁੱਟੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋਣਗੀਆਂ। ਤੁਹਾਨੂੰ ਦੱਸ ਦਿੰਦੇ ਹੈਗੀਆਂ ਕਿ ਜੋ ਦੋ ਛੁੱਟੀਆਂ ਹੈਗੀਆਂ ਨੇ ਉਹ ਇਕੱਠੀਆਂ ਹੈਗੀਆਂ ਨੇ, ਕਿ ਜੋ ਗੁੱਡ ਫਰਾਈਡੇ ਹੋਏਗਾ ਉਹ ਵੀ ਜਿਹੜਾ ਆ 15 ਅਪ੍ਰੈਲ 2022 ਨੂੰ ਹੋਏਗਾ, ਅਤੇ 14 ਅਤੇ 15 ਨੂੰ ਤੁਹਾਡੀਆਂ ਦੋ ਛੁੱਟੀਆਂ ਜਿਹੜੀਆਂ ਨੇ ਸਰਕਾਰੀ ਦਫ਼ਤਰਾਂ ਵਿੱਚ ਉਹ ਹੋਣਗੀਆਂ। ਇਸ ਤੋਂ ਅੱਗੇ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਈਦ ਉਲ ਫਿਤਰ ਦੀ, 3 ਮਈ ਨੂੰ ਸਰਕਾਰੀ ਛੁੱਟੀ ਰਹੇਗੀ। ਭਗਵਾਨ ਪਰਸੂਰਾਮ ਜਯੰਤੀ ਜਿਹੜੀ ਹੈ ਉਹ 3 ਮਈ ਦੀ ਸਰਕਾਰੀ ਛੁੱਟੀ ਹੋਏਗੀ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਜੀ ਦੀ ਛੁੱਟੀ ਜੋ ਹੈਗੀ ਆ ਉਹ 3 ਜੂਨ ਨੂੰ ਹੋਏਗੀ। ਕਬੀਰ ਜਯੰਤੀ ਦੀ ਛੁੱਟੀ ਹੈ ਜੋ ਉਹ 14 ਜੂਨ ਨੂੰ ਹੋਏਗੀ। ਈਦ ਉਲ ਜੁਹਾ ਜਿਹਨੂੰ ਅਸੀਂ ਬੱਕਰੀ ਈਦ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਉਹਦੀ ਜੋ ਛੁੱਟੀ ਹੋਏਗੀ 10 ਜੁਲਾਈ 2022 ਨੂੰ ਸਾਰੇ ਹੀ ਦਫ਼ਤਰਾਂ ਦੇ ਵਿੱਚ ਛੁੱਟੀ ਰਹੇਗੀ। ਸੁਤੰਤਰਤਾ ਦਿਵਸ 15 ਅਗਸਤ ਨੂੰ ਵੀ ਛੁੱਟੀ ਜਿਹੜੀ ਹੈ ਹੋਏਗੀ। ਜਨਮ ਅਸ਼ਟਮੀ 19 ਅਗਸਤ 2022 ਨੂੰ ਮਨਾਈ ਜਾਏਗੀ, ਉਹਦੀ ਵੀ ਛੁੱਟੀ ਹੋਏਗੀ। ਮਹਾਰਾਜਾ ਅਗਰਸੈਨ ਜਯੰਤੀ 26 ਸਤੰਬਰ ਦੀ ਛੁੱਟੀ ਹੋਏਗੀ। ਜਨਮ ਦਿਨ ਮਹਾਤਮਾ ਗਾਂਧੀ ਜੀ ਦਾ 2 ਅਕਤੂਬਰ ਨੂੰ ਮਨਾਇਆ ਜਾਏਗਾ, ਉਹਦੀ ਵੀ ਛੁੱਟੀ ਹੋਏਗੀ। ਦੁਸ਼ਹਿਰਾ 5 ਅਕਤੂਬਰ 2022 ਨੂੰ ਮਨਾਇਆ ਜਾਏਗਾ, ਉਹਦੀ ਵੀ ਜੋ ਸਰਕਾਰੀ ਛੁੱਟੀ ਹੈ ਤੁਹਾਨੂੰ ਹੋਏਗੀ। ਜਨਮ ਦਿਵਸ ਸ਼੍ਰੀ ਮਹਾਰਿਸ਼ੀ ਵਾਲਮੀਕ ਜੀ ਦਾ 9 ਅਕਤੂਬਰ 2022 ਨੂੰ ਮਨਾਇਆ ਜਾਏਗਾ, ਸਰਕਾਰੀ ਛੁੱਟੀ ਹੋਏਗੀ। ਦੀਵਾਲੀ 24 ਅਕਤੂਬਰ 2022 ਨੂੰ ਦੀਵਾਲੀ ਦੀ ਸਰਕਾਰੀ ਛੁੱਟੀ ਹੋਏਗੀ। ਵਿਸ਼ਵਕਰਮਾ ਡੇ ਦਿਵਸ 25 ਅਕਤੂਬਰ ਨੂੰ, ਇਹ ਵੀ ਦੋ ਛੁੱਟੀਆਂ ਨੇ ਜੋ ਇਕੱਠੀਆਂ ਨੇ, 24 ਅਤੇ 25 ਨੂੰ 2 ਦਿਨ ਲਗਾਤਾਰ ਛੁੱਟੀਆਂ ਹੋਣਗੀਆਂ। ਪ੍ਰਕਾਸ਼ ਪੁਰਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 8 ਨਵੰਬਰ 2022 ਨੂੰ ਮਨਾਇਆ ਜਾਏਗਾ, ਸਰਕਾਰੀ ਛੁੱਟੀ ਹੋਏਗੀ। ਔਰ ਇਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਸ਼ਹੀਦੀ ਦਿਵਸ ਹੈ ਉਹ 8 ਨਵੰਬਰ 2022 ਨੂੰ ਮਨਾਇਆ ਜਾਏਗਾ, ਉਹਦੀ ਵੀ ਛੁੱਟੀ ਹੋਏਗੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਤੇ 28 ਨਵੰਬਰ ਨੂੰ ਛੁੱਟੀ ਹੋਏਗੀ। ਇਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕ੍ਰਿਸਮਿਸ ਵੱਡੇ ਦਿਨਾਂ ਦੀ। ਕ੍ਰਿਸਮਿਸ ਦੀ ਜੋ ਛੁੱਟੀ ਹੈ ਉਹ 25 ਦਸੰਬਰ 2022 ਨੂੰ ਹੋਏਗੀ। ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ 29 ਦਸੰਬਰ ਨੂੰ ਜੋ ਛੁੱਟੀ ਹੈ ਉਹ ਹੋਏਗੀ। ਸੋ ਇਹ ਸੀ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਛੁੱਟੀਆਂ। ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਸਰਕਾਰ ਵੱਲੋਂ ਜੋ ਕੁਝ ਰਾਖਵੀਆਂ ਛੁੱਟੀਆਂ ਹੁੰਦੀਆਂ ਨੇ
ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਨੂੰ ਅਸੀਂ ਆਪਣੀ ਨੈਕਸਟ ਵੀਡੀਓ ਵਿੱਚ ਦੇਵਾਂਗੇ। ਸੋ ਅੱਜ ਦੇ ਵੀਡੀਓ ਵਿੱਚ ਨਾ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਾਡੀ ਚੈਨਲ ਤੋਂ ਮਿਲਦੀ ਰਹੇ। ਧੰਨਵਾਦ।